ਅਸੀਂ ਮੰਗ ਇਹ ਕਰਦੇ ਹਾਂ ਕਿ ਇਹਨਾਂ ਦੇ ਪਰਚਾ ਦਰਜ ਹੋਵੇ। ਜੇ ਇਹਨਾਂ ਦੇ ਚੌਂਕੀ ਇੰਚਾਰਜ ਜਾਂ ਥਾਣੇਦਾਰ SHO ਨੇ ਪਰਚਾ ਨਾ ਦਿੱਤਾ ਤੇ ਅਸੀਂ ਬਾਹਰ ਰੋਡ ਜਾਮ ਕਰਾਂਗੇ, ਚੌਂਕੀ ਦੇ ਵਿੱਚ ਜਾ ਕੇ ਧਰਨਾ ਦੇਵਾਂਗੇ। SHO ਸਾਹਿਬ ਆਏ ਮੌਕੇ ਤੇ ਉਹਨਾਂ ਨੂੰ ਪੁੱਛੋ ਨਾ, ਜਾ ਕੇ। ਸ਼੍ਰੀ ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵਨਿਊ ਵਿੱਚ ਰਹਿਣ ਵਾਲੇ ਸਥਾਨਕ ਲੋਕਾਂ ਨੇ ਇੱਕ ਆਲੀਸ਼ਾਨ ਕੋਠੀ ਵਿੱਚ ਚੱਲ ਰਹੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ ਅਤੇ ਕੋਠੀ ਵਿੱਚੋਂ ਲੜਕੇ ਅਤੇ ਲੜਕੀਆਂ ਨੂੰ ਸਥਾਨਕ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਪਰ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਥਾਨਕ ਲੋਕਾਂ ਵੱਲੋਂ ਕਈ ਵਾਰ ਇਸ ਬਾਰੇ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ, ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਤੰਗ ਆ ਕੇ ਮੁਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਘਰ ਵਿੱਚ ਚੱਲ ਰਹੇ ਇਸ ਸੈਕਸ ਰੈਕਟ ਨੂੰ ਬੰਦ ਕਰਾਉਣ ਦੇ ਲਈ ਘਰ ਵਿੱਚੋਂ ਲੜਕੇ ਅਤੇ ਲੜਕੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਜਦੋਂ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਬਚਦੀ ਹੀ ਨਜ਼ਰ ਆਈ। ਸਥਾਨਕ ਲੋਕਾਂ ਦੇ ਮੁਤਾਬਿਕ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਤੇ ਸਾਫ਼ ਹੁੰਦਾ ਹੈ ਕਿ ਪੁਲਿਸ ਆਰੋਪੀਆਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਪਬਲਿਕ ਨੇ ਦੱਸਿਆ ਤੇ ਅਸੀਂ ਆਏ ਆ ਤੇ SHO ਸਾਹਿਬ ਲੈ ਗਏ ਆ। ਕੀ ਹੋਇਆ, ਕੀ ਆ ਪਬਲਿਕ? ਸਾਨੂੰ ਨਹੀਂ ਪਤਾ। ਨਹੀਂ, ਪਬਲਿਕ ਨੇ ਕੀ ਦੱਸਿਆ? ਇੱਥੇ ਕਿੰਨੇ ਸੀ? ਦੋ ਤਿੰਨ ਮੁੰਡੇ ਸੀ ਤੇ ਦੋ ਤਿੰਨ ਕੁੜੀਆਂ ਸੀ। ਤੇ ਕੀ ਚੱਲਦਾ ਸੀ ਇੱਥੇ? ਪਤਾ ਨਹੀਂ। ਤੇ ਫੇਰ ਅਜੇ ਤੇ ਵੇਖੋ ਕੀ ਆ। SHO ਸਾਹਿਬ ਆਏ ਮੌਕੇ ਤੇ ਉਹਨਾਂ ਨੂੰ ਪੁੱਛੋ ਨਾ, ਜਾ ਕੇ। ਨਹੀਂ ਤੇ ਤੁਸੀਂ ਫੇਰ ਕੀ ਕਾਰਵਾਈ ਕੀਤੀ ਹੈ? ਤੇ SHO ਸਾਹਿਬ ਨੂੰ ਪੁੱਛੋ ਸਾਨੂੰ ਕੀ ਆ। ਅਸੀਂ ਤਾਂ ਭਾਈ ਬੰਦੇ ਹਾਂਜੀ, ਤੇ ਬੰਦੇ ਖੜੇ ਆ, ਲੱਗੇ SHO ਸਾਹਿਬ ਲੱਗੇ ਬੰਦੇ, ਥਾਣੇ ਖੜੇ ਆ। ਅਸੀਂ ਇਹ ਜਿਹੜੀ ਸਾਹਮਣੇ ਕੋਠੀ ਆ ਜਿਹਦੇ 'ਚ ਅੱਜ ਇਹ ਕਾਢ ਹੋਇਆ ਆ, ਅੱਗੇ ਵੀ ਇਸ ਕੋਠੀ ਵਾਲੇ ਨੂੰ 6-7 ਵਾਰਾਂ ਅਸੀਂ ਵਾਰਨਿੰਗ ਦੇ ਕੇ ਮੁਹੱਲੇ ਵਾਲੇ ਸਮਝਾ ਚੁੱਕੇ ਹਾਂ ਕਿ ਤੂੰ ਇਹ ਗਲਤ ਕੰਮ ਜਿਹੜਾ ਲੜਕੀਆਂ ਵਾਲਾ ਇਹ ਇੱਥੇ ਬੰਦ ਕਰਾ ਦੇ, ਪਰ ਇਹਦੀ ਕੰਨ 'ਤੇ ਜਿੱਦਾਂ ਕਹਿੰਦੇ ਜੂ ਨਹੀਂ ਸਰਕੀ, ਕੋਈ ਜੂ ਨਹੀਂ ਸਰਕੀ। ਹਾਰ ਕੇ ਅਸੀਂ ਇਹ ਹੁਣ 2 ਮਹੀਨੇ ਤੋਂ ਫਿਰ ਲਗਾਤਾਰ ਇੱਥੇ ਇਹੋ ਹੀ ਕੰਮ ਚੱਲ ਰਿਹਾ ਸੀ, ਕਦੀ 2 ਆ ਗਈਆਂ, ਕਦੀ 4 ਆ ਗਈਆਂ, ਕਦੀ ਆ ਗਈਆਂ। ਅਸੀਂ ਮੌਕੇ ਦੀ ਤਾੜ ਸੀਗਾ, ਸਾਰੇ ਮੁਹੱਲੇ ਵਾਲੇ ਇਹ ਕੀ ਨਸ਼ਾ ਕਰਦੇ ਨੇ, ਇੱਥੇ ਸਮੈਕ ਵੇਚਦੇ ਨੇ, ਕੀ ਕਰਦੇ ਨੇ? 2 ਗੱਡੀਆਂ ਆਉਂਦੀਆਂ, 2 ਜਾਂਦੀਆਂ, ਸਵੇਰੇ ਕਿਸੇ ਵਾਲੇ 3:30 ਗੱਡੀਆਂ ਨਿਕਲਦੀਆਂ, ਕਿਸੇ ਵਾਲੇ 2 ਵਜੇ ਨਿਕਲਦੀਆਂ ਨੇ। ਹਾਰ ਕੇ ਅੱਜ ਅਸੀਂ ਜਦੋਂ ਸਾਡੇ ਹੱਥ ਪਰੂਫ ਲਗਾ, ਫਿਰ ਅਸੀਂ ਇਹਨਾਂ ਨੂੰ ਕੈਪਚਰ ਕੀਤਾ, ਆਪਣੀ ਚੌਂਕੀ ਰਿਪੋਰਟ ਦਿੱਤੀ ਹੈ ਅਤੇ ਰਿਪੋਰਟ ਦੇ ਕੇ ਇਹਨਾਂ ਨੂੰ ਕੈਪਚਰ ਕਰਾਇਆ। SHO ਸਾਹਿਬ ਆਏ ਨੇ, ਚੌਂਕੀ ਇੰਚਾਰਜ ਆਇਆ, ਗ੍ਰਿਫਤਾਰ ਕਰਾਏ ਨੇ ਮੌਕੇ 'ਤੇ। ਉਹਨਾਂ ਨੇ ਸਾਰਿਆਂ ਦੇ ਨੰਬਰ ਨਾਂ ਲਿਖੇ ਗਏ। ਅਸੀਂ ਮੰਗ ਇਹ ਕਰਦੇ ਹਾਂ ਕਿ ਇਹਨਾਂ 'ਤੇ ਪਰਚਾ ਦਰਜ ਹੋਵੇ। ਜੇ ਇਹਨਾਂ 'ਤੇ ਚੌਂਕੀ ਇੰਚਾਰਜ ਜਾਂ ਥਾਣੇਦਾਰ SHO ਨੇ ਪਰਚਾ ਨਾ ਦਿੱਤਾ ਤਾਂ ਅਸੀਂ ਬਾਹਰ ਰੋਡ ਜਾਮ ਕਰਾਂਗੇ, ਚੌਂਕੀ ਦੇ ਵਿੱਚ ਜਾ ਕੇ ਧਰਨਾ ਦੇਵਾਂਗੇ। ਹਾਂ, ਇਹ ਰੈਜੀਡੈਂਸੀ ਇਲਾਕਾ ਆ, ਇੱਥੇ ਧੀਆਂ ਭੈਣੀਆਂ ਸਾਰੀਆਂ ਵੇਖੋ, ਆ ਸਾਹਮਣੇ ਗੇਟ ਵਿਖਾਓ, ਆਹ ਗੇਟ ਸਾਰੇ ਨਾਲ ਗੇਟ ਨੇ ਸਾਰੇ ਵੇਖੋ, ਇੱਥੇ ਸਾਡੀਆਂ ਧੀਆਂ ਭੈਣਾਂ ਦਾ ਨਿਕਲਣਾ ਔਖਾ ਆ। ਅਤੇ ਅਸੀਂ ਇਹ ਮੰਗ ਕਰਦੇ ਹਾਂ SHO ਸਾਹਿਬ ਕੋਲ, ਸਰਦਾਰ ਸੁਖਵਿੰਦਰ ਸਿੰਘ, ਕੀ ਉਹਨਾਂ ਦਾ ਨਾਂ ਪਤਾ ਨਹੀਂ ਹੈ, ਸੁਖਜਿੰਦਰ ਸਿੰਘ, ਉਹ ਕਿ ਇਹਨਾਂ 'ਤੇ ਪਰਚਾ ਹੋਵੇ, ਇਹ ਕੰਮ ਨੂੰ ਠੱਲ ਪਾਈ ਜਾਵੇ, ਫਿਰ ਅਸੀਂ ਧਰਨਾ ਦੇਵਾਂਗੇ ਉੱਥੇ ਚੌਂਕੀ ਜਾ ਕੇ। ਮੈਂ ਪਵਨ ਕੁਮਾਰ, ਮੈਂ ਜੁਝਾਰ ਸਿੰਘ ਐਵਨਿਊ 'ਚ ਇੱਥੇ ਵਸਨੀਕ ਹਾਂ। ਇੱਥੇ ਸਾਡੇ ਘਰ ਦੇ ਲਾਗੇ ਇੱਕ ਮਕਾਨ ਹੈ, ਉੱਥੇ ਦਿਨ ਰਾਤ ਕੋਈ ਗੱਡੀ ਆਉਂਦੀ, ਕੋਈ ਗੱਡੀ ਜਾਂਦੀ ਹੈ, ਉੱਥੇ ਚੱਕਲਾ ਜਿਹਾ ਚੱਲਿਆ ਰਹਿੰਦਾ। ਇਸ ਕਰਕੇ ਅਸੀਂ ਪੁਲਿਸ ਨੂੰ ਅਤੇ ਇੰਸਪੈਕਟਰ ਸਾਹਿਬ ਨੂੰ, ਆਪਣੇ ਮੁਹੱਲਾ ਨਿਵਾਸੀਆਂ ਨੂੰ ਕਹਿੰਦੇ ਹਾਂ ਬਈ ਇੱਥੇ ਕੋਈ ਠੱਲ ਪਾਈ ਜਾਵੇ ਜਾਂ ਉਹਨਾਂ ਦੇ ਪਰਚਾ ਕਿਤੇ, ਜੇ ਨਹੀਂ ਕਰਨਗੇ ਤਾਂ ਅਸੀਂ ਸਾਰੇ ਜਣੇ ਜਿਹੜੀ ਚੌਂਕੀ ਜਾ ਕੇ ਧਰਨਾ ਦੇਵਾਂਗੇ। ਗੰਦ ਚੱਕਲਾ ਜਿਹਾ, ਸਿੱਧੀ ਕਹਿ ਤਾਂ ਉਹਨਾਂ ਨੂੰ, ਕੁੜੀਆਂ ਆਉਂਦੀਆਂ, ਕੁੜੀਆਂ ਜਾਂਦੇ, ਨਸ਼ਾ ਵੀ ਕਰਦੇ, ਸਮੈਕ ਵੀ ਵੇਚਦੇ, ਪਤਾ ਨਹੀਂ ਕੀ ਆਉਂਦਾ ਕੀ ਨਹੀਂ। ਇਹ ਬਹੁਤ ਚਿਰ ਤੋਂ ਚੱਲ ਰਿਹਾ, ਤਕਰੀਬਨ ਸਾਲ ਹੋ ਗਿਆ, ਸਾਲ ਹੋ ਗਿਆ ਜੀ ਸਾਨੂੰ ਇੱਥੇ ਆ, 2 ਸਾਲ, ਅਤੇ ਉਦੋਂ ਤੋਂ ਅਸੀਂ ਵੇਖ ਰਹੇ ਹਾਂ। ਅੱਜ ਕਿੰਨੇ ਮੁੰਡੇ ਫੜੇ ਜੀ? ਅੱਜ ਮੁੰਡੇ ਤਕਰੀਬਨ 6 ਮੁੰਡੇ, 3 ਕੁੜੀਆਂ।
ਬਾਕੀ ਵੀ ਆਉਣ ਦੀ ਹੈ ਸੀ ਰੇਸ 'ਚ ਸੀ ਉਹ ਭੱਜ ਗਏ ਮੁੜ ਕੇ ਆ ਸਾਹਮਣੇ ਜੀ ਪਿੱਛੇ ਕੋਠੀ ਦਾ ਉਹ ਪਤਾ ਨਹੀਂ ਇੱਕ SGPC ਦੇ ਵਿੱਚ ਲੱਗਾ SPC ਲੱਗਾ ਸੀ ਬਿਜਲੀ ਦੇ ਮਹਿਕਮੇ 'ਚ ਉਹ ਹੁਣ ਕਦੀ ਅਸੀਂ ਉਹਨੂੰ ਵੇਖਿਆ ਨਹੀਂ। ਏਵਨ ਪੰਜਾਬੀ TV ਲਈ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।